ਜੀ ਸਤਿ ਸ਼੍ਰੀ ਅਕਾਲ ਵੀਰ ਜੀ, ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ? ਅੱਜ ਪਹੁੰਚ ਗਏ ਆਪਾਂ ਜਿੱਥੇ ਆਪਣੀ ਕੰਬਾਈਨ ਆਈ ਹੋਈ ਆ, ਕਿਉਂਕਿ ਮੱਥਾ ਟੇਕਣਾ ਸੀਗਾ ਅੱਜ ਇਹਨਾਂ ਨੇ ਚਲਾਉਣੀ ਸੀ, ਕੱਲ੍ਹ ਚਲਾਉਣੀ ਸੀ, ਮੀਂਹ ਪੈ ਗਿਆ ਸੀ ਅਤੇ ਕਟਰ ਪਾਉਣ ਲੱਗਿਆ ਅੱਜ। ਕਟਰ ਪਾ ਕੇ ਆਹੀ ਖੇਤ ਵੱਢਣ ਲੱਗਣਾ ਅਤੇ ਆਪਾਂ ਪ੍ਰਸ਼ਾਦ ਬਣ ਦਾਂਗੇ। ਫਿਰ ਇਹ ਨਾ ਇੱਥੇ ਭੂੰਦੜੀ ਦੇ ਕੋਲ ਆ ਪਿੰਡ, ਉੱਥੇ ਵੱਢਣੀ ਆ, ਉੱਥੇ ਚੱਲਣੀ ਆ ਕੰਬਾਈਨ। ਜੇ ਕਿਸੇ ਵੀਰ ਨੇ ਵਢਾਉਣੀ ਹੋਈ ਤਾਂ ਇੱਥੇ ਪਹੁੰਚ ਜਾਓ। ਹਾਂਜੀ, ਪ੍ਰਸ਼ਾਦ ਵੰਡ ਕੇ ਆਪਾਂ ਮਸ਼ੀਨ ਤੋਰਤੀ ਆ। ਇਹ ਆਪਣੀ ਪਹਿਲੀ ਮਸ਼ੀਨ ਆ ਜਿਹੜੀ 21 ਮਾਡਲ ਆ, ਇਹ ਉਹ ਵਾਲੀ ਮਸ਼ੀਨ ਆ। ਅਤੇ ਜਿੱਦਾਂ ਬਾਈ ਹੁਣਾਂ ਨੇ ਸੈੱਟ ਕਰੀ, ਕੁਛ ਨਹੀਂ ਕਰਿਆ, ਉਵੇਂ ਲਿਆ ਕੇ ਚਲਾਤੀ ਆ, ਮਗਰ ਮੂਹਰੇ ਸਾਰਾ ਕੁਛ ਓਕੇ ਦੀ ਰਿਪੋਰਟ ਆ, ਪੂਰੀ ਵਧੀਆ ਚੱਲਦੀ ਆ। ਅਤੇ ਇਹਦੇ ਨਾ ਬਿਲਕੁਲ ਨਹੀਂ ਹੈਗਾ ਉਹ, ਅਤੇ ਇਹ ਮਸ਼ੀਨ ਆਪਣੀ ਪਹਿਲੀ ਮਸ਼ੀਨ ਆ ਜਿਹੜੀ 21 ਮਾਡਲ ਆ। ਅਤੇ ਦੇਖ ਲਓ, ਇਹਦਾ ਜਦੋਂ ਦਾ ਉਹਨਾਂ ਨੇ ਪੰਪ ਦੀ ਸੈਟਿੰਗ ਕਰੀ ਸੀਗੀ, ਸੈਟਿੰਗ ਨਹੀਂ ਕਰੀ ਵੀ, ਜਾਣੀ ਕਿ ਰੂਟਰ ਪੰਪ ਲਾ ਕੇ ਅਤੇ ਮੈਕੋ ਪੰਪ ਲਾਤਾ ਸੀਗਾ, ਅਤੇ ਉਦੋਂ ਬਾਅਦ ਧੂੰਏ ਦਾ ਐਂ ਸਾਰੇ ਖਤਮ ਹੋ ਗਏ, ਐਨ ਪੂਰੀ ਓਕੇ ਦੀ ਰਿਪੋਰਟ ਹੋ ਗਈ। ਅਤੇ ਕਣਕ ਦਾ ਝਾੜ ਇਹਦਾ ਵੀ ਥੋੜ੍ਹਾ ਹੀ ਲੱਗਦਾ, ਪਤਾ ਨਹੀਂ ਕਿਹੜੀ ਕਣਕ ਹੁਣ, ਮੈਨੂੰ ਪਤਾ ਨਹੀਂ, ਅਤੇ ਥੋੜ੍ਹਾ ਹੀ ਲੱਗਦਾ। ਬਟ ਇੱਕ ਹੋਰ ਵੀ ਗੱਲ ਆ, ਇਹਦੀ ਟੈਂਕ ਬਹੁਤ ਵੱਡਾ ਵਾ, ਅਤੇ ਕਿਉਂਕਿ ਇਹ 'ਚ 24-25 ਕੁਇੰਟਲ ਤੋਂ ਉੱਪਰ ਕਣਕ ਪੈ ਜਾਂਦੀ ਹੈ ਇਹਦੇ ਟੈਂਕ ਦੇ ਵਿੱਚ। ਅਤੇ ਇੱਕ ਵਾਢੀ ਇਹਦਾ ਕਟਰ ਹੈਗਾ 15 ਫੁੱਟ ਵਾਢੀ ਕਰਦਾ ਇਹਦਾ ਕਟਰ ਆ ਜਿਹੜਾ ਨਾ। ਅਤੇ ਇਹ ਜਿਹੀਆਂ ਚੀਜ਼ਾਂ ਦੇ ਵਿੱਚ ਕਾਫੀ ਫਰਕ ਆ ਪੈਂਦਾ, ਵਾਰ ਵਾਰ ਖੜਾਉਣੀ ਨਹੀਂ ਪੈਂਦੀ, ਅਤੇ ਕਟਰ ਟੈਂਕ ਵੱਡਾ ਹੋਣ ਦੇ ਨਾਲ ਹੈ ਨਾ। ਅਤੇ ਦੇਖ ਲਓ ਵੀਰੇ, ਮੈਂ ਨਾ ਤੁਹਾਨੂੰ ਹਮੇਸ਼ਾ ਇਹੀ ਗੱਲ ਸ਼ੁਰੂ ਤੋਂ ਕਹਿੰਦਾ ਆਉਣਾ ਕਿ ਨਵੇਂ ਬੀਆਂ ਪਿੱਛੇ ਆਪਾਂ ਨਾ ਭੱਜਿਆ ਕਰੀਏ, ਹੈ ਨਾ ਭੱਜਿਆ ਕਰੀਏ। ਦੇਖ ਲਓ ਜਿਹੜੇ ਬੀਆਂ ਨੇ, ਵੀਰਾਂ ਨੇ 100-100 ਰੁਪਏ ਕਿਲੋ 800-826 ਦੀ ਕਣਕ ਲੈ ਕੇ ਖਰੀਦੀ ਆ, ਦੇਖ ਲਓ ਸਾਰੇ ਨਾ ਖੁਸ਼ ਆ, ਹੈ ਨਾ। ਕੋਈ ਬੰਦਾ ਹੈਗਾ ਖੁਸ਼ ਵੀ ਜਿਹੜਾ 826 ਤੋਂ ਖੁਸ਼ ਹੋਇਆ ਹੋਵੇ? ਸਾਰਿਆਂ, ਜਾਣੀ ਕਿ ਜਿਹੜੀਆਂ ਵੀਡੀਓ ਦੇਖਦੇ ਆ ਉਹ 'ਤੇ ਗੱਲ ਕਰਦਾ ਵੀ ਸਾਰੇ ਬੰਦੇ ਵੀਡੀਓ ਉਹੀ ਭੇਜ ਰਹੇ ਆ ਵੀ ਇੱਦਾਂ ਹੋ ਗਿਆ, ਇੱਦਾਂ ਹੋ ਗਿਆ, ਹੈ ਨਾ। ਅਤੇ ਪਰ ਆਪਾਂ ਨੂੰ ਨਹੀਂ ਹੈਗਾ ਵਧੀਆ ਲੱਗਿਆ ਨਾ ਇਹ ਕੰਮ, ਹੈ ਨਾ, ਕਿ ਆਪਣੇ ਮੈਨੂੰ ਆਪਣੇ ਵੀ ਥੋੜ੍ਹੀ ਨਿਕਲਣੀ ਲੱਗਦੀ ਆ, ਕਿਉਂਕਿ ਆਪਣੀ 11 ਨਵੰਬਰ ਦੀ ਬੀਜੀ ਆ, ਪੱਕ ਗਈ ਉਹ ਕਣਕ, ਬਾਕੀ ਹੁਣ ਪਤਾ ਨਹੀਂ ਵੀ ਕਿੰਨੀ ਕੁ ਨਿਕਲੂਗੀ, ਅਤੇ ਮੈਨੂੰ ਤਾਂ ਥੋੜ੍ਹੀ ਨਿਕਲਣੀ ਲੱਗਦੀ ਆ, ਬਾਕੀ ਜਦੋਂ ਕਰਾਂਗੇ ਉਦੋਂ ਪਤਾ ਲੱਗੂਗਾ, ਹੈ ਨਾ। ਅਤੇ ਹਜੇ ਤਾਂ ਇੱਦਾਂ ਹੀ ਲੱਗਦਾ ਵਾ ਕਿ ਆਪਾਂ ਹਰੇਕ ਬੀਜ ਦੇ, ਚਾਹੇ ਝੋਨਾ ਵਾ, ਕਣਕ ਆ, ਆਲੂ ਆ, ਕਿਸੇ ਵੀ ਬੀਆਂ ਦੇ ਨਵੇਂ ਬੀਆਂ ਪਿੱਛੇ ਨਾ ਭੱਜਿਆ ਕਰੋ, ਅਤੇ ਹਮੇਸ਼ਾ ਪੁਰਾਣੇ ਬੀਆਂ ਨੂੰ ਹੀ ਪਹਿਲ ਦਿਆ ਕਰੋ। ਪਹਿਲਾਂ ਤਜਰਬੇ ਤੌਰ 'ਤੇ ਹੁਣ ਆਪਾਂ 8 ਕਿੱਲੇ ਬੀਜੇ ਹੋਏ ਆ 826 ਦੇ, ਹੈ ਨਾ, ਅਤੇ ਉਸ ਤੋਂ ਬਾਅਦ ਚਲੋ ਠੀਕ ਕਰ ਲਾਂਗੇ ਉਹਨੂੰ ਜਦੋਂ ਵੀ ਹੋ ਗਿਆ, ਵੀ ਜੇ ਚੰਗਾ ਹੋਇਆ ਤਾਂ ਊਂ ਬੀਜ ਰੱਖ ਲਾਂਗੇ, ਊਂ ਦਾਣਾ ਹੈਗਾ ਮੋਟਾ, ਪਰ ਹੁਣ ਇਹ ਨਹੀਂ ਪਤਾ ਵੀ ਝਾੜ ਕਿੰਨਾ ਕੁ ਨਿਕਲੂ, ਕਿੰਨਾ ਕੁ ਨਹੀਂ ਨਿਕਲੂ, ਅਤੇ ਕਿੰਨੀ ਕੁ ਜਗ੍ਹਾ ਉਹ ਪਤਾ ਨਹੀਂ, ਅਤੇ ਦਾਣੇ ਆ ਸ਼ੀਸ਼ੇ ਵਿੱਚ ਦੀ ਦਾਣੇ ਦੇਣ ਲੱਗ ਗਏ ਆ, ਪਰ ਹਜੇ ਪੈ ਬਹੁਤ ਜਾਂਦੇ ਆ ਇਹਦੇ ਵਿੱਚ, ਇੱਥੇ ਚਲਾ ਤੀ ਅਤੇ ਉੱਧਰ ਦੂਜੀ ਜਾ ਕੇ ਚਲਾਉਣੀ ਆ ਆਪਣੇ ਪਿੰਡ ਨਾ, ਉਹ ਵੀ ਚਲਾਉਣੀ ਆ ਚਾਚੇ ਦੇ, ਅਤੇ ਉਹਦੇ ਵੀ ਬਣਾਂਗੇ ਜਾ ਕੇ ਪ੍ਰਸ਼ਾਦ, ਵੀ ਇਹਨਾਂ ਨੂੰ ਪਹਿਲਾਂ ਸੈੱਟ ਕਰ ਜਾਈਏ, ਇਹਨਾਂ ਦਾ ਤੇਲ ਵਾਲੇ ਪੰਪ ਪੈਟਰੋਲ ਪੰਪ ਵਾਲੇ ਨਾਲ ਗੱਲ ਕਰਕੇ ਜਾਣਾ ਵਾ ਕਿ ਭਾਈ ਤੇਲ ਪਾ ਦਿਆ ਕਰੀ, ਅਤੇ ਪੈਸਿਆਂ ਦਾ ਹਿਸਾਬ ਹਸੂਬ ਦੇਖ ਕੇ ਕਰ ਦਾਂਗੇ ਬਾਅਦ 'ਚ ਇਕੱਠਿਆਂ ਦਾ, ਜਿੱਦਾਂ ਉਹ ਨਹੀਂ ਕੁਛ ਪਾ ਦਿਆ ਕਰਾਂਗੇ ਔਨਲਾਈਨ ਗੂਗਲ ਪੇ, ਹੈ ਨਾ। ਅਤੇ ਅੱਜ ਤਾਂ ਬਾਈ ਉਹਨਾਂ ਕੋਲ 4 ਕਿੱਲੇ ਆ ਕੱਤਾ ਵੱਢਣਾ, ਅਤੇ ਉਹ ਘੇਰਾ ਪਰਲੇ ਪਾਸੇ ਘਰਾਂ ਦੇ ਨਾਲ ਉਹ ਘੇਰਾ ਵੱਢਣਾ ਵਾ, ਅਤੇ ਬਸ ਹੋਰ ਤਾਂ ਹੈ ਨਹੀਂ ਗੇ, ਬਾਕੀ ਕੱਲ੍ਹ ਨੂੰ ਆ ਇਹਨਾਂ ਦੇ, ਅੱਜ ਤਾਂ ਸ਼ੁਰੂ ਹੋਣਾ ਹੀ ਆ, ਇੱਧਰ ਵੀ ਨਹੀਂ ਸ਼ੁਰੂ ਹੋਇਆ,
ਮੀਹਾਂ ਨੇ ਲੇਟ ਕਰਤਾ, ਨਹੀਂ ਤਾਂ ਕੰਮ ਸ਼ੁਰੂ ਹੋ ਜਾਣਾ ਸੀ। ਮੀਹਾਂ ਕਰਕੇ ਲੇਟ ਹੋ ਗਿਆ। ਉਹ ਤਾਂ ਆਊਗਾ, ਉਹਨੂੰ ਲੋਕੇਸ਼ਨ ਭੇਜਿਓ, ਇੱਥੇ ਨਵੇਂ ਸ਼ਹਿਰ ਹੀ ਆ, ਉਹ ਤੇਰੇ ਕੋਲ ਗੇੜਾ ਮਾਰ ਕੇ ਜਾਓ, ਜੋ ਕੁਛ ਵੀ ਕਰਨਾ ਜਾਂ ਪੁੱਛਣਾ ਹੋਇਆ ਉਹ ਤੋਂ ਕਰਵਾ। ਸਫਾਈ ਤਾਂ ਆਪੇ ਇੱਕ ਅੱਧੇ ਦਿਨ ਬਾਅਦ ਆਉਣ ਲੱਗ ਜਾਣੇ ਜਦੋਂ ਉਸਲਾ। ਹਾਂ ਚੱਲ ਬਸ ਬਈ ਆ ਜਾਓ। ਹੁਣ ਭਜਾ ਕੇ ਦੇਖੀ ਬਾਈ, ਹੁਣ ਨੀ ਚੁੰਬੜੂਗਾ ਨਾਲ। ਇਹਦੀ ਸੈਟਿੰਗ ਝੋਨੇ ਵਾਲੀ ਸੀਗੀ ਕਿ ਉਹ ਨਾਲ ਲਾਣ ਘੁਮਾਉਂਦੀ ਸੀ, ਅਤੇ ਉਹ ਹੁਣ ਇਹਦੇ ਵਿੱਚ ਸੈਟਿੰਗ ਦਿੱਤੀ ਹੋਈ ਹੈ ਜਿੱਥੇ ਮੈਂ ਤੁਹਾਨੂੰ ਦਿਖਾਈ ਆ। ਉਹ ਇੱਕ ਟੱਕ ਉੱਪਰ ਕਰਤਾ ਅਤੇ ਉਹ ਟੈਨਾਂ ਮੂਹਰਨ ਹੋ ਗਈਆਂ, ਅਤੇ ਇਹੀ ਤਾਂ ਇਹਦੇ ਫਾਇਦੇ ਆ, ਇਕੱਲੀ ਇਕੱਲੀ ਚੀਜ਼ ਦੀ ਐਡਜਸਟਮੈਂਟ। ਆਹ ਦੇਖੋ, ਆਹ ਇੱਥੇ ਕਰਤੀ, ਅੱਗੇ ਇੱਥੇ ਦੀ ਝੋਨੇ ਵਾਲੀ ਸੈਟਿੰਗ, ਹੁਣ ਇੱਥੇ ਕਰਤੀ, ਅਤੇ ਹੁਣ ਇਹ ਟੈਨਾਂ ਮੂਹਰਨ ਆ ਗਈਆਂ ਖੱਤੇ ਵੱਲੋਂ, ਅਤੇ ਪੂਰੀ ਪ੍ਰੋਪਰ। ਹੁਣ ਉਹ ਅੱਗੇ ਟੈਨਾਂ ਸੀਗੀਆਂ ਨਾਲ ਨੂੰ, ਅਤੇ ਉਹ ਨਾਲ ਘੁਮਾ ਦਿੰਦੀਆਂ ਸੀ। ਮੈਂ ਕਿਹਾ ਬਾਈ ਇਹ ਝੋਨੇ ਵਾਲੀ ਸੈਟਿੰਗ 'ਤੇ ਹੀ ਆ, ਵੀ ਇਹਨੂੰ ਆਪਣੇ ਵਾਲੀ 'ਤੇ ਕਰ ਲਾ। ਕਣਕ ਨਾ ਹਜੇ ਨਰਮ ਪਈ ਆ। ਇਹ ਮਗਰ ਤਾਂ ਇਹ ਕੁਛ ਆਉਣ ਹੀ ਨਹੀਂ ਦਿੰਦੀ ਵੀਰੇ, ਮਗਰ ਨਹੀਂ ਇਹ ਕੁਛ ਆਉਣ ਦਿੰਦੀ ਲਾਡੋ ਰਾਣੀ। ਇਹਦੇ ਇਹਦੀ ਵੱਢੀ 'ਚ ਤਾਂ ਜੇ ਜਾਣੀ ਕਿ ਇਹਦੀ ਵੱਢੀ ਹੋਈ ਆ, ਉੱਥੇ ਨਾ ਤੂੜੀ ਵਾਲੀ ਮਸ਼ੀਨ 'ਚ ਵੀ ਕਿਲੋ ਦਾਣੇ ਨਹੀਂ ਨਿਕਲਦੇ, ਚਾਹੇ ਜਿਹੜੀ ਮਰਜ਼ੀ ਵਰਾਇਟੀ ਹੋਵੇ, ਕੋਈ ਕੋਈ ਮਤਲਬ ਨਹੀਂ। ਅਸੀਂ ਮੀਂਹ ਦੇ ਵਿੱਚ ਵੀ ਨਾ ਕਣੀਆਂ ਪਈਆਂ ਤੋਂ ਬਾਅਦ ਵੀ ਵੱਢ ਕੇ ਦੇਖੀ ਹੋਈ ਆ, ਵੀ ਕਣੀਆਂ ਪੈਂਦੀਆਂ 'ਚ ਵੀ ਜਦੋਂ ਦੂਜੀਆਂ ਮਸ਼ੀਨਾਂ ਦਾਣਾ ਮਾਰਨ ਲੱਗ ਜਾਂਦੀਆਂ, ਬੱਲੀ 'ਚ ਛੱਡਣ ਲੱਗ ਜਾਂਦੀਆਂ, ਇਹਨੇ ਕਦੀ ਉਦੋਂ ਵੀ ਦਾਣਾ ਨਹੀਂ ਛੱਡਿਆ। ਦੇਖ ਲਓ ਹਟ ਗਿਆ, ਆਪਣੀ ਭੈਣੀ ਰਾਈਆਂ ਦੇ ਕੋਲੇ, ਭੈਣੀ ਰਾਈਆਂ ਦੇ ਵਿੱਚ ਰਹਿਣੀ ਆ। ਜੇ ਕਿਤੇ ਵੀਰੇ ਨੇ ਇੱਥੇ ਨੇੜੇ ਤੇੜੇ ਬਣਾਉਣੀ ਹੋਈ ਕਣਕ, ਦਾ ਇੱਥੇ ਵੀਰ ਹੁੰਦਾ ਆਪਣਾ ਜਗਦੀਸ਼ ਬਾਈ, ਤਾਂ ਉਹਨੂੰ ਮਿਲ ਸਕਦੇ ਆ। ਠੀਕ ਨੀ, ਜਗਦੀਸ਼ ਬਾਈ ਹੁੰਦਾ ਫੋਰਮੈਨ ਆਪਣਾ, ਉਹਨੂੰ ਮਿਲ ਲਿਓ, ਇਹ ਉਰੀ ਖੜੀ ਹੁੰਦੀ ਆ ਮਸ਼ੀਨ, ਅਤੇ ਜਦੋਂ ਮਰਜ਼ੀ ਮਿਲ ਸਕਦੇ ਆ। ਪਹਿਲਾ ਟੈਂਕ ਦੋਨੇ ਮਸ਼ੀਨਾਂ 'ਚੋਂ ਫਸਟ ਟੈਂਕ। ਚੱਲ ਪੈ ਜਾਣਾ, ਪਾ ਦੇ ਬਾਈ, ਲਾ ਦੇ ਅੱਗੇ ਨੂੰ ਕਰ ਦੂ ਜਾਂ ਵੀ ਮਗਰ ਨੂੰ ਕਰ ਦੂ। ਦੇਖ ਲਓ ਵੀਰੇ, ਦਾਣੇ ਦੀ ਸਫਾਈ ਪੂਰੀ ਆ, ਅਤੇ ਮਾੜਾ ਮੋਟੀ ਮੱਖੀ ਆਉਂਦੀ ਆ ਇਕੱਲੀ, ਹੋਰ ਕੁਛ ਨਹੀਂ ਆਉਂਦਾ, ਕਿਉਂਕਿ ਉਹ ਵੀ ਤਾਂ ਆਉਂਦਾ ਵੀ ਉਹ ਹੈਗਾ ਵਾ ਕਣਕ ਗਿੱਲੀ ਆ। ਟੈਂਕ ਦੇਖ ਲਓ ਇਹਦਾ ਕਿੱਡਾ ਵਾ। ਲਓ ਜੀ, ਆਪਾਂ ਰੀਲ ਵੀ ਸੈੱਟ ਕਰਤੀ, ਅਤੇ ਰੀਲ ਅੱਗੇ ਨੂੰ ਕਰਨ ਵਾਲੀ ਸੀ ਉਹ ਕਰਤੀ, ਅਤੇ ਹਟ ਗਿਆ ਬਿਲਕੁਲ ਵੀ ਮਾਲ ਚੜ੍ਹ ਦਿਓ। ਆਪਦੀ ਕਣਕ ਵਾਲੀ ਸੈਟਿੰਗ 'ਤੇ ਕਰਤੀ, ਪਹਿਲਾਂ ਸੀਗੀ ਝੋਨੇ ਵਾਲੀ ਸੈਟਿੰਗ 'ਤੇ। ਚੱਲ ਮੱਕੀ ਖੜੀ ਆ ਵੀਰਾਂ ਦੀ, ਨਾਲ ਗੁਆਂਢੀਆਂ ਦੀ ਪਤਾ ਨਹੀਂ,
ਸੋਹਣੀ ਆ ਮੱਖੀ ਖੜੀ। ਬੜੀ ਵਧੀਆ ਲੱਗਦੀ ਹੈ ਇਹਦੀ। ਆਪਾਂ ਨਾ ਉਹ ਤੇ ਆਹ ਕੰਬਾਈਨ ਤੇ ਵੀ ਕ੍ਰਿਸ਼ੀ ਕੱਟ ਲਵਾਈ ਆ, ਇੱਕ ਇਹਤੇ ਵੀ ਲਵਾਈ ਆ, ਦੂਜੀ ਹੋਲੈਂਡ ਤੇ ਵੀ ਲਵਾਈ ਆ। ਤੇ ਆਹ ਦੇਖੋ ਤੁਹਾਨੂੰ ਮੈਂ ਦਿਖਾਉਣਾ, ਤੇ ਆਹ ਚੱਲੀ ਸੀ ਸਵੇਰੇ ਹੈ ਨਾ, ਆਹ ਜਿਹੜਾ ਪਹਿਲਾਂ ਹੁਣ ਵੀਡੀਓ ਬਣਾਈ ਸੀ ਜਿਹਦੇ 'ਚ ਸ਼ੁਰੂਆਤ ਕੀਤੀ ਆ, ਆਹ ਦੇਖ ਲਓ ਕੀਲੇ ਤੋਂ ਉੱਪਰ ਸੀ ਥੋੜ੍ਹਾ ਜਿਹਾ ਖੱਤ, ਕੀਲੇ ਤੋਂ ਉੱਪਰ ਬਣ ਗਿਆ ਹੈ ਨਾ। ਅਤੇ ਆਹ ਜਿਹਦੇ 'ਚ ਫਿਰ ਆਹ ਲਾਲ ਬਾਉਂਡਰੀ ਬਣੀ ਆ, ਇਹਦੇ ਵਿੱਚ ਇਹਨੇ ਘੇਰਾ ਵਗੜਿਆ ਹੋਇਆ ਵਾ, ਜਿਹ 'ਚ ਹੁਣ ਆਹ ਮਸ਼ੀਨ ਚੱਲਦੀ ਹੈ ਤਾਂ ਘੇਰਾ ਵਗੜਿਆ ਹੋਇਆ, ਜੇ ਆਇਆ ਨਹੀਂ ਹੈਗਾ। ਜਦੋਂ ਇਹ ਪੂਰਾ ਵੱਢਿਆ ਗਿਆ ਉਦੋਂ ਇਹ ਆ ਜਾਣਾ ਹੈ ਨਾ, ਵੀ ਕਿੰਨਾ ਹੋ ਗਿਆ ਵੀ ਦੇਖ ਲਓ, ਆਹ ਜਿਹੜਾ ਨੀਲਾ ਹੋ ਗਿਆ ਇਹ ਖਤਮ ਹੋ ਗਿਆ ਪਲੋਟ ਹੈ ਨਾ, ਕਿ ਇਹ ਵੱਢ ਕੇ ਆ ਗਈ ਇੱਕ ਪੁਆਇੰਟ, ਇਹਦੇ ਮਿਹਨਤੀ ਹੋ ਗਿਆ ਪੂਰਾ, ਅਤੇ ਆਹ ਮਿਹਨਤੀ ਹੋਣਾ, ਅਤੇ ਆਹ ਮੌਜ ਆ ਕ੍ਰਿਸ਼ੀ ਕੱਟਦੀ ਦੇਖ ਲਓ। ਅਤੇ ਆਹ ਸਵੇਰੇ ਆਹ ਘਰ ਖੜ੍ਹੀ ਸੀ, ਆਹ ਜਿੱਥੇ ਆ ਦੇਖ ਲਓ, ਆਹ ਲਾਲ ਆ, ਇੱਥੋਂ ਤੁਰੀ ਆ ਅਤੇ ਤੁਰ ਕੇ ਇੱਥੇ ਆਈ ਆ, ਤੁਸੀਂ ਦੇਖ ਲਓ ਵੀ ਇੰਨੀ ਵਧੀਆ ਮੌਜ ਆ ਇਹਦੀ ਹੈ ਨਾ, ਕਿ ਨਜ਼ਾਰਾ ਵਾ ਪੂਰਾ ਇਹਦਾ ਕ੍ਰਿਸ਼ੀ ਕੱਟਦਾ, ਬਹੁਤ ਵਧੀਆ ਚੀਜ਼ ਆ, ਲਵਾਉਣੀ ਚਾਹੀਦੀ ਆ ਸਾਰੇ ਵੀਰਾਂ ਨੂੰ ਜਿਨ੍ਹਾਂ ਨੇ ਲਵਾਉਣੀ ਆ, ਆਪਣੇ ਨਾ ਜੋ ਮੁੱਲਾਂਪੁਰਾ ਸ਼ਕਤੀਮਾਨ ਵਾਲੇ, ਅਤੇ ਉਹ ਲਾ ਦਿੰਦੇ ਆ ਦੇਖ ਲਓ, ਜਿੰਨੇ ਗੇੜੇ ਆਈ ਜਾਂਦੇ ਆ ਦੇਖੋ, ਹੁਣ ਤਿੰਨ ਤੀਜਾ ਗੇੜਾ ਚੱਲਦਾ ਵਾ ਤਾਂ ਤਿੰਨ ਗੇੜੇ ਬਣ ਗਏ ਲਾਲ ਲਾਲ। ਅਤੇ ਮੈਂ ਤੁਹਾਨੂੰ ਦਿਖਾਊਂਗਾ ਵੀ ਪੂਰਾ ਵੀ ਜਦੋਂ ਵੱਢੇਗਾ ਕਿੰਨੇ ਏਕੜ ਵੱਢੇਗੇ। ਜੀ ਦੂਜੀ ਮਸ਼ੀਨ 'ਤੇ ਵੀ ਬਣਤਾ ਪ੍ਰਸ਼ਾਦ, ਅਤੇ ਹੋ ਗਈ ਚਾਲੂ ਆਪਣੇ ਚਾਚੇ ਹੋਣਾਂ ਦੇ ਖੇਤ 'ਚ, ਅਤੇ ਇਹਦੀ ਵੀ ਰੀਲ ਮਾੜੀ ਜਿਹੀ ਅੱਗੇ ਨੂੰ ਕਰਨ ਵਾਲੀ ਆ, ਇੱਕ ਟੱਕ ਅੱਗੇ ਕਰਨਾ ਆ, ਉਹ ਵੀ ਝੋਨੇ ਦੀ ਸੈੱਟ ਸੀ। ਦਾਣੇ ਦੀ ਸਫਾਈ ਦੇਖ ਲਈ ਬਾਈ, ਟੁੱਟਦਾ ਟੁੱਟਦਾ ਤਾਂ ਨਹੀਂ? ਬਸ ਫਿਰ ਠੀਕ ਆ, ਸਫਾਈ ਵੀ ਦੇਖ ਲਿਓ, ਵੰਡਤਾ ਪ੍ਰਸ਼ਾਦ। ਉਹ ਕਣਕ ਤਾਂ ਸੁੱਕੀ ਵੀਰੇ, ਆਹ ਦੇਖੋ ਇਹ ਆਪਣੀ 826 ਆ, ਇਹ ਆਪਣੀ 11 ਤਰੀਕ ਦੀ ਬਿਜਾਈ ਸੀਗੀ, 11 ਨਵੰਬਰ ਦੀ ਹੈ ਨਾ, 11 ਪਤਾ ਨਹੀਂ 12 ਨਵੰਬਰ ਇੱਥੇ ਕੀ ਆ, ਹਾਂ, ਅਤੇ ਇਹ ਉਦੋਂ ਦੀ ਬਿਜਾਈ ਆ ਦੇਖ ਲਓ ਹੈ ਨਾ, ਕਿ ਬਹੁਤ ਜਲਦੀ ਪੱਕੀ ਆ ਇਹ ਕਣਕ, ਦੇਖ ਲਓ ਇੱਕ ਵੀ ਡਾਲ ਨਹੀਂ ਡਿੱਗਿਆ ਹੋਇਆ, ਆਲੂਆਂ ਵਾਲੇ ਖੇਤ ਦੀ ਕਣਕ ਆ ਇਹ, ਅਤੇ ਜੇ ਹੁਣ ਝਾੜ ਘੱਟ ਨਿਕਲਦਾ ਤਾਂ ਬੀਜ ਹੀ ਖਰਾਬੀ ਆ, ਠੀਕ ਨਹੀਂ? ਅਤੇ ਆਪਾਂ ਐਵੇਂ ਦੇਖੋ, ਆਪਾਂ ਲੋਕਾਂ ਨੇ ਕਿੰਨਾ 100-100 ਰੁਪਈਏ ਕਿਲੋ ਤੋਂ ਵੀ ਉੱਪਰ ਲਿਆ ਹੈ ਨਾ, ਚਲੋ ਆਪਾਂ ਨੂੰ ਤਾਂ ਮਿਲਿਆ ਸੀਗਾ ਇਹ, ਪ੍ਰਧਾਨ ਸਾਹਿਬ ਨੇ ਦਿੱਤਾ ਸੀਗਾ, ਖੱਟੜਾ ਗਰੁੱਪ ਦੇ ਜਿਹੜੇ ਪ੍ਰਧਾਨ ਆ ਉਹਨਾਂ ਨੇ ਦਿੱਤਾ ਸੀ ਆਪਾਂ ਨੂੰ ਤਾਂ, ਅਤੇ ਚਲੋ ਪਰ ਫਿਰ ਵੀ ਉਹਨਾਂ ਨੇ ਵੀ ਤਾਂ ਮਾਣ ਦੇ ਕਰਕੇ ਦਿੱਤੇ। ਇੱਕ ਮਿੰਟ ਦਾਣੇ ਦਿਖਾਉਣਾ ਮੈਂ ਤੁਹਾਨੂੰ, ਸੋ ਵੀਰੇ ਦਾਣੇ ਉੱਨੇ ਮੋਟੇ ਨਹੀਂ ਹੈਗੇ ਜਿੰਨੇ ਮੋਟੇ ਬੀਜੇ ਸੀਗੇ, ਦੇਖ ਲਓ ਆਹ ਦਾਣੇ ਆ ਇਹਦੇ ਹੈ ਨਾ, ਕਿ ਉੱਨੇ ਮੋਟੇ ਨਹੀਂ ਹੈਗੇ ਕਿ ਜਿੰਨੇ ਮੋਟੇ ਆਪਾਂ ਬਿਜਾਈ ਕਰੀ ਸੀ, ਠੀਕ ਨਹੀਂ? ਕਿ ਮੈਨੂੰ ਤਾਂ ਲੱਗਦਾ ਕਿ ਝਾੜ ਕਾਫੀ ਘੱਟ ਦਊਗੀ ਕਣਕ, ਜਿਹੜੇ ਹਿਸਾਬ ਨਾਲ ਇਹ ਪੱਕੀ ਆ। ਹੁਣ ਆਪਣੀ ਜਿਹੜੀ
122 ਕਣਕ ਆ, 222 ਹੈ ਨਾ, ਉਹ ਕਣਕ 26 ਅਕਤੂਬਰ ਦਾ ਬੀਜਿਆ ਹੋਇਆ 1.5 ਕਿੱਲਾ, ਉਹ ਅੱਜ ਤੱਕ ਵੀ ਹਜੇ ਵੀ ਹਰਾ ਪਿਆ, ਉਹ ਹਜੇ ਵੀ ਉਹ ਵੱਢਣ ਵਾਲਾ ਨਹੀਂ ਹੈਗਾ। ਤੁਸੀਂ ਦੇਖ ਲਓ ਇੱਕ ਵੀ ਡਾਲ ਕਿਤੇ ਖੂੰਜਾ ਵੀ ਨਹੀਂ ਡਿੱਗਿਆ ਹੋਇਆ, ਕਣਕ ਇੰਨੀ ਵਧੀਆ ਪੂਰੀ ਟੌਪ ਦੀ ਕਣਕ ਖੜੀ ਆ ਹੈ ਨਾ। ਅਤੇ 3 ਪਾਣੀ ਲਾਏ ਆਪਾਂ ਇਹਨੂੰ, ਅਤੇ ਹਾਂ ਸਪਰੇਅ ਨਹੀਂ ਆਪਾਂ ਕਰੀ, ਉਹ ਸਪਰੇਅ ਦਾ ਬਾਹਲਾ ਫਰਕ ਨਹੀਂ ਪੈਂਦਾ ਹੁੰਦਾ ਝਾੜ 'ਤੇ ਵੀ, ਉਹ ਆਪਾਂ ਇਉਂ ਨਹੀਂ ਕਹਿ ਸਕਦੇ ਵੀ ਸਪਰੇਅ ਕਰਨ, ਜੇ ਆਪਾਂ ਸਪਰੇਅ ਕਰ ਦਿੰਦੇ ਤਾਂ ਆਪਣਾ 5-7 ਕੁਇੰਟਲ ਝਾੜ ਵੱਧ ਜਾਂਦਾ, ਨਹੀਂ ਉਹ ਥੋੜ੍ਹੇ ਜਿਹੇ ਨਾਲ ਹੀ ਫਰਕ ਪੈਂਦਾ ਹੁੰਦਾ ਹੈ ਨਾ। ਅਤੇ ਮੈਨੂੰ ਲੱਗਦਾ ਵੀ ਇਹਦਾ ਕਾਫੀ ਝਾੜ ਘਟੂਗਾ, ਬਾਕੀ ਜਦੋਂ ਵੱਢਾਂਗੇ ਤਾਂ ਤੁਹਾਨੂੰ ਜ਼ਰੂਰ ਕੰਡਾ ਕਰੂੰਗਾ ਮੈਂ, ਅਤੇ ਟਰਾਲੀ 'ਚ ਤਾਂ ਇੱਕੋ ਜਿਹੀ ਪੈ ਜਾਣੀ ਆ, 8 ਕਿੱਲੇ ਆਪਣੇ ਇਹ 8 ਦੇ 8 ਕਿੱਲੇ ਇੱਕ ਜੇ ਵਿੱਚ ਹੀ ਪੈ ਜਾਣਾ ਵੱਡੀ ਟਰਾਲੀ। ਇਹ ਗੱਲ ਦਾ ਸਿੱਟਾ ਤਾਂ ਵੀਰੇ ਇਹੀ ਨਿਕਲਦਾ ਵਾ ਹੈ ਨਾ ਕਿ ਆਪਾਂ ਕਦੇ ਵੀ ਕਿਸੇ ਵੀ ਨਵੇਂ ਬੀਆਨ ਨਹੀਂ ਆਪਾਂ ਨੂੰ ਭੱਜਣਾ ਨਹੀਂ ਚਾਹੀਦਾ। ਮੈਂ ਹਮੇਸ਼ਾ ਕਹਿੰਦਾ ਹੁੰਦਾ ਝੋਨੇ ਦੇ ਬੀਆਨ ਲਈ ਵੀ ਨਾ ਨਵਿਆਂ ਨਹੀਂ ਭੱਜੋ, ਅਤੇ ਹੋਰ ਵੀ ਕਿਸੇ ਵੀ ਨਵੇਂ ਬੀਆਨ ਲਈ ਨਾ ਭੱਜੋ, ਚਾਹੇ ਆਲੂ ਝੋਨਾ ਮੱਕੀ ਕੋਈ ਵੀ ਨਵੇਂ, ਹੁਣ ਜਿਵੇਂ ਮੱਕੀਆਂ ਦੇ ਨਵੇਂ ਪਿੱਛੇ 1899 ਦੇ 1855 ਪਿੱਛੇ ਜਾਂ ਹੋਰ ਨਵੇਂ ਵਰਾਇਟੀਆਂ ਪਿੱਛੇ ਆਪਾਂ ਭੱਜਦੇ ਹਾਂ ਨਾ, ਜਿਹੜਾ ਤੁਸੀਂ ਲਾਉਂਦੇ ਹੋ ਪਹਿਲਾਂ ਤਾਂ ਜ਼ਿਆਦਾਤਰ ਉਹਨੂੰ ਹੀ ਲਾਵੋ, ਫਿਰ ਬਾਅਦ 'ਚ ਤੁਸੀਂ ਦੂਜੇ ਦੇ ਕਰ ਸਕਦੇ ਹਾਂ। ਅਤੇ ਇਹ ਉਹੀ ਚੀਜ਼ ਦੇ ਗੌਰ, ਹੁਣ ਤੁਸੀਂ ਦੇਖ ਲਓ ਕਣਕ ਨੇ ਆਪਣੇ ਮੂਹਰੇ ਰਿਜ਼ਲਟ ਲਿਆ ਤੇ ਹੈ ਨਾ, ਕਿ ਕਿਵੇਂ ਬਜ਼ੁਰਗ ਲਾਈਨਾਂ 'ਚ ਖੜ੍ਹੇ ਸੀਗੇ ਇਹਨੂੰ 826 ਨੂੰ ਖਰੀਦਣ ਲਈ ਹੈ ਨਾ। ਅਤੇ ਉਹ ਉਹੀ ਹੁਣ ਝੋਨੇ ਦਾ ਹਾਲ ਕਰ ਦੇਣਾ, ਜਿਹੜਾ ਕੋਈ ਨਵਾਂ ਬੀ ਕਿਸੇ ਨੇ ਕਹਿਤਾ ਜੀ ਇਹਨੇ ਝਾੜ ਇੰਨਾ ਦਿੱਤਾ, ਇਹ ਵੀ ਹੁਣ ਪਿਛਲੇ ਸਾਲ ਤਾਂ ਇਹ ਬਹੁਤ ਥੋੜ੍ਹੀ ਲੱਗੀ ਹੋਈ ਸੀ ਲੋਕਾਂ ਦੇ, ਉਹ ਜਿਹਦੇ ਲੱਗੀ ਸੀ ਰੱਬ ਜਾਣੇ ਉਹਨਾਂ ਦੀ ਨਿਕਲੀ ਵੀ, ਉਹ ਵੀ ਉਹਨਾਂ ਨੇ ਵੀ ਝੂਠ ਨਹੀਂ ਬੋਲਿਆ, ਉਹਨਾਂ ਦੀ ਨਿਕਲੀ ਉਹ ਹੈ ਨਾ। ਅਤੇ ਪਰ ਆਪਣੇ ਨਿਕਲਣੀ ਨਹੀਂ ਆ ਕੇ ਹੁਣ, ਅਸਲ 'ਚ ਤਾਂ ਜਦੋਂ ਵੱਡੇ ਪੈਮਾਨੇ 'ਤੇ ਲੱਗਦੀ ਉਦੋਂ ਹੀ ਪਤਾ ਲੱਗਦਾ ਵੀ ਇਹਦਾ ਕੀ ਰਿਜ਼ਲਟ। ਅਤੇ ਹੁਣ ਇਹਦਾ ਉਹੀ ਵੀ ਰੁਲ ਗਈ, ਹੁਣ ਅਗਲੀ ਵਾਰ ਨੂੰ ਕਿਸੇ ਨੇ ਪੁੱਛਣਾ ਨਹੀਂ ਇਹਨੂੰ। ਅਤੇ ਪਰ ਆਪ ਵੀ ਉਹੀ ਗੱਲ ਹੋ ਜਾਂਦੀ ਕਿ ਆਪਾਂ ਨਵੀਆਂ ਚੀਜ਼ਾਂ ਨਹੀਂ ਨਾ ਭੱਜੀਏ, ਤੁਸੀਂ ਦੇਖ ਲਓ ਤੁਹਾਨੂੰ ਸਾਰਾ ਖੱਤਾ ਦਿੰਦਾ ਵਾ ਵੀ ਕਿਤੇ ਵੀ ਕੋਈ ਮਾੜਾ ਹੈਗਾ ਤਲੀ ਜਾਂ ਕੁਛ ਵੀ ਹੈਗਾ, ਪੂਰੀ ਵਧੀਆ ਕਣਕ ਖੜੀ ਆ ਹੈ ਨਾ। ਅਤੇ ਬਸ ਹੁਣ ਤੁਹਾਨੂੰ ਝਾੜ ਜਦੋਂ ਨਿਕਲੂ ਮੈਂ ਦੱਸੂੰਗਾ।